ਸ਼ੰਭੂ ਮੋਰਚੇ ਦੇ ਵਿੱਚਰਦਿਆਂ ਅਕਸਰ ਤੁਹਾਨੂੰ ਕੋਈ ਨਾ ਕੋਈ ਇੱਥੇ ਮਿਲਦਾ ਰਹਿੰਦਾ ਕਿਉਂਕਿ ਇੱਥੇ ਨੌਜਵਾਨ ਜਿਹੜੇ ਨੇ ਜੇਕਰ ਜੋਸ਼ ਵਾਲੇ ਆਏ ਹੋਏ ਨੇ ਤਾਂ ਹੋਸ਼ ਵਾਲੇ ਸਮਝ ਵਾਲੇ ਸੂਝਬੂਝ ਵੀ ਸੂਝਬੂਝ ਵਾਲੇ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਤੇ ਜਦੋਂ ਤੁਸੀਂ ਇੱਥੇ ਵਿਚਰਦੇ ਹੋ ਤਾਂ ਗੱਲਬਾਤ ਕਰਦੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੌਣ ਕਿਸਾਨੀ ਵਾਰੇ ਜਾਂ ਫਿਰ ਹੁਣ ਸਰਕਾਰ ਜਾਂ ਫਿਰ ਕੇਂਦਰ ਦੇ ਨਾਲ ਕਿਸਾਨਾਂ ਦੀ ਕੀ ਗੱਲਬਾਤ ਹੋ ਰਹੀ ਹੈ ਇਸ ਨੂੰ ਨੌਜਵਾਨ ਕਿਵੇਂ ਸਮਝਦੇ ਨੇ ਇਸ ਸਮੇਂ ਸਾਡੇ ਨਾਲ ਗੁਰਪ੍ਰੀਤ ਸਿੰਘ ਛੱਬਰ ਨੇ ਜਿਹੜੇ ਕਿ ਐਸਜੀਪੀਸੀ ਦੇ ਐਗਜ਼ੈਕਟਿਵ ਮੈਂਬਰ ਵੀ ਨੇ ਤੇ ਨਾਲ ਦੀ ਨਾਲ ਇੱਕ ਕਿਸਾਨ ਵੀ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤਾਂ ਕੀਤੀਆਂ ਸੀ ਕਿਸਾਨੀ ਬਾਰੇ ਫਿਰ ਸਾਨੂੰ ਲੱਗਿਆ ਕਿ ਇਹ ਕੈਮਰੇ ਤੇ ਵੀ ਲੈ ਕੇ ਆਉਣੀਆਂ ਚਾਹੀਦੀਆਂ ਨੇ ਉਹਨਾਂ ਦੇ ਨਾਲ ਹੀ ਗੱਲਬਾਤ ਕਰ ਰਹੇ ਹਾਂ ਤੇ ਪੂਰੇ ਇਸ ਗੰਢ ਤੁਪ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਗੱਲ ਕਿ ਮੈਂ ਇੱਥੇ ਨੌਜਵਾਨਾਂ ਦੇ ਨਾਲ ਅਸੀਂ ਗੱਲ ਕਰਦੇ ਆ ਇੱਕ ਬੜਾ ਹੀ ਵਾਇਰਲ ਹੋਇਆ ਕਿ ਛੋਟੇ-ਛੋਟੇ ਨੌਜਵਾਨਾਂ ਤੋਂ ਕਿਸੇ ਨੇ ਪੁੱਛਿਆ ਵੀ ਐਮਐਸਪੀ ਕੀ ਆ ਉਹਨਾਂ ਤੋਂ ਜਵਾਬ ਨਹੀਂ ਦਿੱਤਾ ਗਿਆ ਫਿਰ ਈ ਟਵਿੱਟਰ ਤੇ ਬੜਾ ਟ੍ਰੈਂਡ ਹੋ ਗਿਆ ਵੀ ਨੌਜਵਾਨਾਂ ਨੂੰ ਐਮਐਸਪੀ ਦਾ ਪਤਾ ਨਹੀਂਗਾ ਤੇ ਉਹ ਇੱਥੇ ਆਏ ਹੋਏ ਨੇ ਹਣਾ ਪੰਜਾਬ ਦਾ ਨੌਜਵਾਨ ਜਿਹੜਾ ਉਹ ਐਮਐਸਪੀ ਨੂੰ ਜੇਕਰ ਦੱਸਣਾ ਚਾਵੇ ਵੀ ਐਮਐਸਪੀ ਕਿਉਂ ਜ਼ਰੂਰੀ ਹੈ ਤੁਸੀਂ ਕੀ ਕਹੋਗੇ ਕਿਉਂਕਿ ਤੁਸੀਂ ਵੇਖਦੇ ਹੋ ਕਿ ਹਰ ਇੱਕ ਚੀਜ਼ ਤੇ ਐਮਐਸਪੀ ਹੁੰਦੀ ਹੈ ਉਦੀ ਮਤਲਬ ਜੋ ਰੇਟ ਹੈ ਕਹਿੰ ਕਹਿੰਦਾ ਐਮ ਆਰ ਪੀ ਐਮ ਆਰ ਪੀ ਹੁੰਦੀ ਹੈ ਕਹਿੰਦਾ ਭਾਵ ਤੇ ਉਸ ਤੋਂ ਇਸ ਲਈ ਕਿਸਾਨਾਂ ਨੂੰ ਵੀ ਕਿਸਾਨ ਇਹ ਕਹਿੰਦੇ ਐ ਵੀ ਜੇ ਕਣਕ ਤੇ ਚੌਲਾਂ ਤੇ ਐਮ ਐਸ ਪੀ ਦਿੱਤੀ ਹੈ ਤਾਂ ਲੋਕ ਇਸ ਦੇ ਚੱਕਰ 'ਚ ਹੀ ਵੜ ਗਏ ਜੇ ਦੂਜੀਆਂ ਫਸਲਾਂ ਤੇ ਦਿੱਤੀਆਂ ਜਾਂ ਤਾਂ ਕਿ ਜੋ ਅਸੀਂ ਆਪ ਦਾ ਦੇਸ਼ ਨੂੰ ਅੰਨ ਦੇਣ ਵਾਸਤੇ ਆਪਦੀ ਜ਼ਮੀਨ ਦਾ ਪਾਣੀ ਖੋਖਲਾ ਕਰ ਰਹੇ ਆਂ ਤਾਂ ਸਾਡੀ ਜ਼ਮੀਨ ਬਚ ਜੇ ਅਤੇ ਨਾਲ ਹੀ ਤੁ ਜੋ ਪਰਾਲੀ ਦੇ ਪ੍ਰਦੂਸ਼ਣ ਦਾ ਹੋਰ ਚਚਾਵਾ ਹੁੰਦੀਆਂ ਜੋ ਸਰਕਾਰ ਜਿੱਥੋਂ ਸਾਨੂੰ ਮੰਗ ਕੀਤੀ ਸੀ ਪਹਿਲਾਂ ਸਰਕਾਰ ਨੇ ਕਿ ਸਾਨੂੰ ਅੰਨ ਉਗਾ ਕੇ ਦਿਓ ਤੇ ਫੇਰ ਹੀ ਪੰਜਾਬ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਬਾਹ ਕੇ ਪੱਧਰ ਕਰਕੇ ਅੰਨ ਪੈਦਾ ਕੀਤਾ ਦੇਸ਼ ਦਾ ਹੀ ਨਹੀਂ ਦੁਨੀਆ ਦਾ ਢਿੱਡ ਭਰਿਆ ਉਹ ਜਿਹੜਾ ਜਿਹੜਾ ਪ੍ਰਸਤਾਵ ਕੇਂਦਰ ਸਰਕਾਰ ਨੇ ਦਿੱਤਾ ਵੀ ਅਸੀਂ ਪੰਜ ਫਸਲਾਂ ਦੇ ਉੱਤੇ ਐਮਐਸਪੀ ਦਵਾਂਗੇ 5 ਸਾਲ ਦੇ ਲਈ ਉਹ ਕੰਟਰੈਕਟ ਬੇਸਡ ਹੋਊਗਾ ਕਿਸਾਨਾਂ ਗਵਾਂ ਨੂੰ ਪ੍ਰਸਤਾਵ ਨਕਾਰ ਦਿੱਤਾ ਵੀ ਅਸੀਂ ਇਹ ਨਹੀਂ ਕਰਨਾ ਤੁਸੀਂ ਇਹਨੂੰ ਸੌਖੇ ਸ਼ਬਦਾਂ ਚ ਸਮਝਾਓ ਵੀ ਕਿਸਾਨਾਂ ਨੇ ਕਿਉਂ ਨਕਾਰਿਆ ਕਿਉਂਕਿ ਸਮਝਣ ਵਾਲੇ ਸਮਝਣਗੇ ਵੀ ਕਿਸਾਨਾਂ ਨੇ ਇਹ ਵੀ ਗੱਲ ਕੇਂਦਰ ਦੀ ਨਹੀਂ ਮੰਨੀ ਕਿਉਂ ਨਹੀਂ ਮੰਨੀ ਕਿਉਂਕਿ ਅਸਲ ਦੇ ਵਿੱਚ ਦਿੱਲੀ ਦੀ ਨੀਅਤ ਚ ਖੋਟ ਹੈ ਗੱਲ ਇਹ ਨਹੀਂ ਜੇ ਸਰਕਾਰ ਕੀ ਮਤਲਬ ਸਾਡੇ ਨਾਲ ਕੋਈ ਭਖਾਰੀਆਂ ਵਾਲੀ ਗੱਲ ਕਰੇ ਭੀਖ ਮੰਗਦੇ ਹੁੰਦੇ ਆ ਜੇ ਉਹਨਾਂ ਨੇ ਪੰਜਤੇ ਕਰਨ ਉਹ ਤਾਂ ਕਰ ਦੇਣ ਉਹ ਥੋੜੀ ਥੋੜੀ ਵੀ ਕਿਸਾਨ ਮੰਨਣ ਨਾ ਮੰਨਣ ਉਹ ਤਾਂ ਕਰਦੇ ਨਾ ਨੋਟੀਫਿਕੇਸ਼ਨ ਕਰਦੇ ਨਾ ਆਰਡੀਅੰਸ ਲਿਆਉਣ ਕੁਝ ਵੀ ਕਰਦੇ ਨਾ ਪਰ ਨਹੀਂ ਕਰਨਾ ਚਾਹੁੰਦਾ ਇਹ ਤਾਂ ਇੱਥੋਂ ਤੱਕ ਆਪਦਾ ਜਿਹੜਾ ਉਹ ਮੰਤਰੀ ਹੈ ਮਿਸ਼ਰਾ ਉਹਨੇ ਬਰਖਾਸਤ ਕੀਤਾ ਤੇ ਹੋਰ ਕਿੰਨੇ ਵਾਦੇ ਮਤਲਬ ਅਨੇਕਾਂ ਵਾਦਿਆਂ ਤੋਂ ਭੱਜੇ ਆ ਤੁਸੀਂ ਵੇਖੀ ਹੈ ਤੇ ਪੰਜਾਬ ਦੀ ਜੂਥ ਇਹ ਗੱਲ ਸਮਝਦਾਗਾ ਚਾਹੇ ਇਹ ਕਾਲ ਦੱਲੇਵਾਲ ਸਾਹਿਬ ਸਰਬੰਧਪੰਦੇਰ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇਹ ਕਾਲ ਕੀਤੀ ਸੀ ਪਰ ਵੱਡੀ ਗਿਣਤੀ ਦੇ ਵਿੱਚ ਜੂਥ ਪਹੁੰਚਿਆ ਪਿੰਡਾਂ ਦੇ ਵਿੱਚ ਕੰਟਰੋਵਰਸੀ ਸ਼ੁਰੂ ਹੋ ਗਈ ਤੁਸੀਂ ਵੇਖਿਆ ਕਿ ਜਦੋਂ 13 ਤਰੀਕ ਨੂੰ ਅਤਿਆਚਾਰ ਕੀਤਾ ਗੋਲੀਆਂ ਵਾਈਆਂ ਦਿੱਲੀ ਨੇ ਇਹ ਨਹੀਂ ਸਮਝਿਆ ਵੀ ਇਹ ਸੰਘਰਸ਼ ਅਕਾਲ ਤਖਤ ਸਭ ਤੋਂ ਬੰਦੀਰ ਸਾਹਿਬ ਅਰਦਾਸ ਕਰਕੇ ਤੁਰੇ ਨੇ ਫਤਿਹਗੜ੍ਹ ਸਾਹਿਬ ਧਰ ਤੋਂ ਦੀ ਧਰਤੀ ਤੋਂ ਨਿੱਕੀਆਂ ਜਿੰਦਾ ਵੱਡੇ ਸਾਕੇ ਉਹ ਡੱਲੇ ਵਾਲ ਸਭ ਤੁਰੇ ਐ ਇਹ ਬਣਦਾ ਸੀ ਕਿ ਰਾਜਧਾਨੀ ਚ ਕਿਤੇ ਜਗ੍ਹਾ ਦਿੱਤੀ ਜਾਂਦੀ ਪਰ ਜਦੋਂ ਅਤਿਆਚਾਰ ਕੀਤਾ ਗੋਲੀਆਂ ਚਲਾਈਆਂ ਤਾਂ ਪੰਜਾਬ ਦੇ ਜੂਥ ਦੇ ਮਣਾ ਚ ਗੁੱਸਾ ਆਇਆ ਕਿ ਦਿੱਲੀ ਜਿਸ ਤਰ੍ਹਾਂ ਪਹਿਲਾਂ ਅਸੀਂ ਮੁਗਲ ਨਾਲ ਲੜਦੇ ਰਹੇ ਫਿਰ ਅੰਗਰੇਜ਼ ਨਾਲ ਲੜਦੇ ਰਹੇ ਹੁਣ 47 ਤੋਂ ਇਹਨਾਂ ਨਾਲ ਲੜਦੇ ਆ ਰਹੇ ਆ ਤੇ ਜੋ 13 ਤਰੀਕ ਵਾਲਾ ਹੋਇਆ ਜਿਵੇਂ ਗੋਲੀਆਂ ਚੱਲੀਆਂ ਤਾਂ ਪਿੰਡਾਂ ਦੇ ਵਿੱਚ ਜੂਥ ਦੇ ਮਣਾ ਚ ਜਜਵਾ ਆਇਆ ਜਿਵੇਂ ਅਸੀਂ ਆਏ ਆ ਸਾਡੇ ਜੋਗਾ ਰੱਲਾ ਅਕਲੀਆ ਸਾਰੇ ਪਿੰਡਾਂ ਦੇ ਵਿੱਚ ਮਤਲਬ ਨੌਜਵਾਨਾਂ ਦੇ ਵਿੱਚ ਕਿਤੇ ਘਸਰਮੁਸਰ ਸੀ ਚਾਹੇ ਜਥੇਬੰਦੀ ਕੋਈ ਵੀ ਹੋਵੇ ਕਿਸਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਸਤਕਾਰਯੋਗ ਹੈ ਪਰ ਸਾਡੇ ਜੋ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਉਹ ਇਸ ਮੋਰਚੇ ਦੇ ਵਿੱਚ ਨਹੀਂ ਹੈਗੀਆਂ ਤੁਸੀਂ 13 ਨੂੰ ਸੀਗੇ ਇੱਥੇ ਨਹੀਂ 13 ਨੂੰ ਨਹੀਂ ਸੀ ਅਸੀਂ ਮੈਂ ਤੁਹਾਨੂੰ ਦੱਸ ਰਿਹਾ ਸੀ ਗੱਲ ਕਿ ਜਦੋਂ 13 ਨੂੰ ਇੱਥੇ ਰੋਕਿਆ ਗਿਆ ਦਿੱਲੀ ਨੇ ਜ਼ਬਰਟਾਇਆ ਜਵੈ ਬਾਂ ਲੱਗਿਓ ਤਵੇਂ ਹਰ ਉਸ ਜਾਗਿਓ ਹੋ ਸਕਦਾ ਇਹ ਮੂਵਮੈਂਟ ਇੰਨੀ ਲਹਿਰ ਨਾ ਫੜਦੀ ਜਦੋਂ ਸਾਡੇ ਕਿਸਾਨਾਂ ਤੇ ਸਾਡੇ ਸਿੱਖਾਂ ਤੇ ਜ਼ਬਰ ਕੀਤਾ ਗੋਲੇ ਚਲਾਏ ਤਾਂ ਪੰਜਾਬ ਦਾ ਹਰ ਇੱਕ ਨੌਜਵਾਨ ਕਿਸੇ ਵੀ ਜਥੇਬੰਦੀ ਪਾਰਟੀ ਦੇ ਵਿੱਚ ਕੰਮ ਕਰਦਾ ਉਹਦੇ ਮਨ 'ਚ ਗੁੱਸਾ ਆਇਆ ਕਿ ਮੈਂ ਸੰਭੂ ਚੱਲਾਂ ਤੇ ਮੈਂ ਖਨੌਰੀ ਚੱਲਾਂ ਤੇ ਆਪਸ ਵਿੱਚ ਵੀ ਕੰਟਰੋਵਰਸੀਆਂ ਹੋਈਆਂ ਤੇ ਅਸੀਂ ਨੌਜਵਾਨਾਂ ਨੂੰ ਸਮਝਾਇਆ ਕਿ ਆਪਸ ਦੇ ਵਿੱਚ ਕੰਟਰੋਵਰਸੀ ਨਾ ਪਾਓ ਆਪਾਂ ਚੱਲੀਏ ਕੋਈ ਧੜਾ ਨਹੀਂ ਕੋਈ ਪਾਰਟੀ ਨਹੀਂ ਕੋਈ ਜਥੇਬੰਦੀ ਨਹੀਂ ਠੀਕ ਆ ਆਪਾਂ ਕੰਮ ਕਰਦੇ ਹਾਂ ਹੁਣ ਫਿਰ 21 ਨੂੰ ਕੱਲੂ ਜਦੋਂ ਜਾਣਾ ਕਿਸਾਨਾਂ ਨੇ ਕਾਲ ਦਿੱਤੀ ਐ ਇਹ ਜਾਣਾ ਤਾਨੂੰ ਸਹੀ ਲੱਗਦਾ ਵੀ ਅਸੀਂ ਬੈਰੀਕੇਡ ਪੱਟ ਕੇ ਉਧਰੋਂ ਗੋਲੇ ਆਉਣਗੇ ਉਹ ਫੇਰ ਝੜਪਾਲਾ ਮਾਹੌਲ ਬਣੂਗਾ ਪੂਰਾ ਤਣਾਅ ਹੋਊਗਾ ਇਹ ਮੈਂ ਆਪਾਂ ਮੰਨ ਕੇ ਚੱਲੀ ਆ ਵੀ ਟਕਰਾਹ ਹੋਣਾ ਹੀ ਹੋਣਾ ਹੈ ਉਹ ਸਥਿਤੀ ਦੇ ਵਿੱਚ ਅਸੀਂ ਅੱਗੇ ਕੂਚ ਕਰਨਾ ਹਰ ਹਾਲ 'ਚ ਇਹ ਤਾਂ ਅਸੀਂ ਦੁਨੀਆ ਨੂੰ ਇੱਕ ਸਨੇਹਾ ਦੇ ਰਹੇ ਹਾਂ ਇੱਕ ਮੈਸੇਜ ਦੇ ਰਹੇ ਹਾਂ ਕਿ ਹਮੇਸ਼ਾ ਸਾਨੂੰ ਪਹਿਲਾਂ ਕੁੱਟਿਆ ਫਿਰ ਰੋਣ ਵੀ ਨਹੀਂ ਦਿੱਤਾ ਤੁਸੀਂ ਵੇਖਿਆ 84 ਦੇ ਵਿੱਚ ਕਿਸ ਤਰ੍ਹਾਂ ਮਰਦੇ ਮਜ਼ਾਹੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਤੇ ਭਾਈ ਅਮਰੀਕ ਸਿੰਘ ਭਾਈ 18 ਸਿੰਘ ਹੋਰ ਯੋਧਿਆਂ ਨੂੰ ਨਾਲ ਤਾਂ ਸਾਡੇ ਪਰਾਨਾਂ ਤੋਂ ਪਿਆਰਾ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸਾਡਾ ਧਰਮ ਨੂੰ ਟੈਂਕਾਂ ਤੋਪਾਂ ਨਾਲ ਢਾਇਆ ਦਿੱਲੀ ਨੇ ਨਾਲੇ ਕਿਹਾ ਜੀ ਇੱਥੇ ਅੱਤਵਾਦੀ ਲੁਕੇ ਹੋਏ ਐ ਇਹ ਕਿਹਾ ਹਾਲਾਂਕਿ ਇਹ ਗੱਲ ਨਹੀਂ ਸੀ ਅੱਜ ਕਲੀਅਰ ਹੋ ਗਈ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾਂ ਦੀ ਸਿੱਧੀ ਯਾਦਗਾਰ ਬਣੀ ਐ ਅਕਾਲ ਤਖਤ ਸਾਹਿਬ ਦੇ ਨਾਲ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਉਹ ਅੱਤਵਾਦੀ ਨਹੀਂ ਸੀ ਉਹ ਕੌਮ ਦੇ ਹੀਰੋ ਸਨ ਪਰ ਟਾਈਮ ਲੱਗ ਗਿਆ ਕਿਉਂਕਿ ਉਦੋਂ ਤੁਹਾਡੇ ਵਰਗਾ ਸੋਸ਼ਲ ਮੀਡੀਆ ਨਹੀਂ ਹੈਗਾ ਸੀ ਚੈਨਲ ਨਹੀਂ ਸੀਗੇ ਸਾਨੂੰ ਕੋਚਲਤਾ ਅੱਜ ਅਸੀਂ ਇਹ ਦਿਖਾ ਰਹੇ ਹਾਂ ਦੁਨੀਆ ਵੇਖ ਰਹੀ ਹੈ ਕਿ ਜੇ ਅਸੀਂ ਅਸੀਂ ਗਲਤ ਕੀ ਕਰ ਰਹੇ ਹਾਂ ਆਪਦੀ ਰਾਜਸਥਾਨੀ ਵੱਲ ਜਾ ਰਹੇ ਹੁਣ ਤਾਂ ਹਾਈ ਕੋਰਟ ਨੇ ਵੀ ਕਹਤਾ ਵੀ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਸੜਕ ਇੰਨਾ ਅਤਿਆਚਾਰ ਨਾ ਕਰੇ ਹੁਣੀ ਚੀਜ਼ ਦੱਸਣਾ ਚਾਹੁੰਦੇ ਆ ਵੀ ਅਸੀਂ ਪੀਸਫੁੱਲ ਲੋਕਾਂ ਤੇ ਸਰਕਾਰ ਅਤਵਾਦੀ ਹੈ ਸਰਕਾਰ ਅਤਿਆਚਾਰ ਕਰ ਰਹੀ ਹੈ ਜਿਵੇਂ ਪਹਿਲਾਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਸੀ ਅਸੀਂ ਬਦਨਾਮ ਨਹੀਂ ਹੋਵਾਂਗੇ ਇਸ ਦਿੱਲੀ ਨੂੰ ਇਸ ਦਿੱਲੀ ਦੇ ਅਤਿਆਚਾਰ ਨੂੰ ਨੰਗਾ ਕਰਾਂਗੇ ਐਮਐਸਪੀ ਲੈਣ ਦੇ ਲਈ ਹੋਰ ਕੋਈ ਹੱਲ ਹੈ ਨਹੀਂਗਾ ਇਹੀ ਹੱਲ ਹੈ ਬਸ ਸਾਡੇ ਕੋਲ ਵੀ ਅਸੀਂ ਐਵੇਂ ਸੜਕਾਂ ਦੇ ਉੱਤੇ ਪ੍ਰੋਟੈਸਟ ਕਰਨਾ ਹੈ ਫਿਰ ਐਵੇਂ ਜਬਰ ਸਾਡੇ ਉੱਤੇ ਹੋਊਗਾ ਅਸੀਂ ਉਹ ਜਬਰ ਸਹਿਣਾ ਕਿਉਂਕਿ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਪੂਰੀ ਦੁਨੀਆ 'ਚ ਜਾ ਕੇ ਕਹਿੰਦਾ ਕਿ ਹਿੰਦੁਸਤਾਨ ਸਭ ਤੋਂ ਡੈਮੋਕਰੈਟਿਕ ਮੁਲਕ ਹੈ ਉੱਥੇ ਕੋਈ ਵੀ ਆਪਦੀ ਗੱਲ ਰੱਖ ਸਕਦਾ ਪਰ ਜਿਹੜੇ ਲੋਕਾਂ ਨੇ ਦੇਸ਼ ਯਾਦ ਕਰਾਇਆ ਉਹਨੂੰ ਰਾਜस्तानी ਬਾਲੀ ਹਾਲਾਂਕਿ ਕੱਲੇ ਪੰਜਾਬ ਦਾ ਸੰਘਰਸ਼ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਦਾ ਪਰ ਸਾਡੇ ਨਾਲ ਜਾਦੇ ਸਾਨੂੰ ਅੱਤਵਾਦੀ ਵੱਖਵਾਦੀ ਖਾਲਿਸਤਾਨੀ ਹੋਰ ਬਹੁਤ ਟੈਗ ਦਿੰਦੀ ਹੈ ਇਹ ਦਿੱਲੀ ਤੁਸੀਂ ਵੇਖਿਆ ਪਿਛਲੇ ਸੰਘਰਸ਼ ਦੇ ਵਿੱਚ ਬੜਾ ਸ਼ਾਂਤੀਪੂਰਵਕ 2 ਸਾਲ ਚੱਲਿਆ 700 ਤੋਂ ਉੱਪਰ ਸਾਡੇ ਕਿਸਾਨ ਸ਼ਹੀਦ ਹੋ ਗਏ ਤੇ ਬੜੀ ਅਸ਼ਾਂਤੀਪੂਰਵਕ ਰਿਹਾ ਪਰ ਫਿਰ ਵੀ ਇਹ ਸੜਕਾਂ ਰੋਕਣ ਦੀ ਮਨਸਤ ਇਹੀ ਹੈ ਕਿ ਕਿਸਾਨਾਂ ਨੂੰ ਸਰਕਾਰ ਬਦਨਾਮ ਕਰ ਰਹੀ ਹੈ ਤੇ ਸਾਡੇ ਤੇ ਜ਼ੁਲਮ ਢਾ ਰਹੀ ਹੈ ਪਰ ਅਸੀਂ ਤੁਸੀਂ ਵੇਖਿਆ ਪਾਕਿਸਤਾਨ ਵਾਲਾ ਕੁਝ ਕਰਤੀ ਅਸੀਂ ਦਿੱਲੀ ਵਾਲੇ ਸਨ ਅਸੀਂ ਆਪ ਦਾ ਮੰਨਦੇ ਆ ਕਿ ਸਾਡੀ ਦਿੱਲੀ ਹੈ ਸਾਡੀ ਰਾਜਸਤਾਨੀ ਹੈ ਅਸੀਂ ਆਜ਼ਾਦ ਕਰਵਾਇਆ ਇਹ ਦੇਸ਼ ਸਾਡਾ ਹੱਕ ਹੈ ਅਸੀਂ ਇੱਥੋਂ ਦੇ ਵਸਨੀਕ ਆ ਪਰ ਸਾਨੂੰ ਰੋਕਿਆ ਜਾ ਰਿਹਾ ਤੁਸੀਂ ਵੇਖਿਓ ਹਰਿਆਣੇ ਨੂੰ ਕਿਵੇਂ ਕਸ਼ਵੀਰ ਵੇਲੀ ਵਾਂਗੂ ਕਿਵੇਂ ਫੌਜ ਦੇ ਹੱਥਾਂ ਵਿੱਚ ਪੁਲਿਸ ਵਾਲੀ ਚ ਤਬਦੀਲ ਕਰਤਾ ਗੁਰੂ ਘਰਾਂ ਤੋਂ ਅਨਾਊਂਸਮੈਂਟ ਨਹੀਂ ਕਰ ਸਕਦਾ ਕੋਈ ਟਰੈਕਟਰ ਦਾ ਸੈਲਫ ਨਹੀਂ ਮਾਰ ਸਕਦਾ ਕੋਈ ਇਹ ਤਾਂ ਅਤਿਆਚਾਰ ਦੁਨੀਆ ਵੇਖ ਰਹੀ ਹੈ ਇਹੀ ਗੁਰੂ ਨਾਨਕ ਦੇਵ ਮਹਾਰਾ ਨੇ ਸਾਨੂੰ ਸੰਧਾਨ ਦਿੱਤਾ ਨਾਮ ਜਪੋ ਵੰਡਸ ਕੋ ਕਿਰਤ ਕਰੋ ਤੇ ਹੱਕ ਸੱਚ ਦੀ ਲੜਾਈ ਵਾਸਤੇ ਹੱਕ ਸੱਚ ਵਾਸਤੇ ਲੜਨਾ ਵੀ ਜਦੋਂ ਮੀਟਿੰਗ ਹੋਈ ਹੈ ਚੌਥੀ ਮੀਟਿੰਗ ਅਸੀਂ ਉੱਥੇ ਮੌਜੂਦ ਸੀ ਤਾਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪਹਿਲਾਂ ਇਹ ਕਿਹਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਅਸੀਂ ਕਿਸਾਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਕਰ ਦਿੱਤਾ ਇਹ ਇਹ ਹੁਣ ਤੁਸੀਂ ਐਵੇਂ ਨਾ ਮੰਨਿਓ ਵੀ ਆਪਾਂ ਇੱਥੇ ਪ੍ਰੋਟੈਸਟ ਤੇ ਆਪਾਂ ਇਸ ਕਰਕੇ ਤੁਸੀਂ ਇਹਦਾ ਜਵਾਬ ਉਮੀਦ ਦੇਣਾ ਇਹਨੂੰ ਅਸਲ 'ਚ ਦੱਸਿਓ ਵੀ ਕਿੰਨਾ ਕੋ ਫਾਇਦਾ ਇਹਨਾਂ 10 ਸਾਲਾਂ 'ਚ ਹੋਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਦੇ ਵਿੱਚ ਸੀਗੀ ਅਸੀਂ ਇਹ ਕਹਿਣੇ ਆ ਕਿ ਤੁਸੀਂ ਜੋ ਸਾਡਾ ਲਾਗਤ ਮੁੱਲ ਹੈ ਜੋ ਸਾਡਾ ਖਰਚਾ ਆ ਰਿਹਾ ਉਸ ਨੂੰ ਆਮਦਨ ਨਾਲ ਜੋੜ ਲਓ ਜਦੋਂ ਪ੍ਰਧਾਨ ਮੰਤਰੀ ਜੀ ਆਪ ਕਹਿ ਰਹੇ ਸੀ ਕਿ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਕੋਰਟਾਂ ਕਹਿ ਰਹੀਆਂ ਸਮੁੱਚੀ ਬੀਜੇਪੀ ਇੱਕ ਪਾਸੇ ਭਾਰਤ ਰਤਨ ਦੇ ਰਹੇ ਹੈ ਸੁਆਮੀ ਨਾਥਨ ਜੀ ਨੂੰ ਤੇ ਇੱਕ ਪਾਸੇ ਉਹਨਾਂ ਦੀ ਸਪਾਰਸ ਉਹਨਾਂ ਵੱਲੋਂ ਮਿਹਨਤ ਕਰਕੇ ਤਿਆਰ ਕੀਤੀ ਹੋਈ ਰਿਪੋਰਟ ਲਾਗੂ ਨਹੀਂ ਕਰ ਰਹੇ ਕਿਵੇਂ ਕਹੀਏ ਕਿ ਮਨਸਾ ਠੀਕ ਹੈ ਠੀਕ ਹੈ ਹੁਣ ਜੇ ਕੋਈ ਇਨਸਾਨ ਦੁਨੀਆ ਦੇ ਹਿਸਾਬ ਨਾਲ ਮਾੜੀ ਮੋਟੀ ਤਰੱਕੀ ਕਰ ਰਿਹਾ ਤੇ ਜੇ ਰੇਟ ਕਹਿੰਦੇ ਆ ਜਿੰਸਾਂ ਦੇ ਤਾਂ ਪਟ્રોલ ਖਾਦਾਂ ਦੇ ਤੇ ਸਪਰੇਆ ਦੇ ਤੁਸੀਂ ਵੇਖਿਆ ਕਿੰਨਾ ਰੇਟ ਵਧਿਆ ਗਿਆ ਹੋਰ ਕਿੰਨੇ ਖਰਚੇ ਵਧੇ ਆ ਮਸ਼ੀਨਰੀ ਦਾ ਕਿੰਨਾ ਖਰਚਾ ਵਧਿਆ ਇਸ ਕਰਕੇ ਇਹ ਸਿਰਫ ਜੁਮਲੇ ਨੇ ਜਦੋਂ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ਼ ਕਰ ਸਕਦੇ ਆ ਤੇ ਫਿਰ ਕਿਸਾਨਾਂ ਦਾ ਕਿਉਂ ਨਹੀਂ ਕਰ ਸਕਦੇ ਕਹਿਣ ਦਾ ਭਾਵ ਤੇ ਇਹੀ ਹੈ ਸਾਡਾ ਤੇ ਜਦੋਂ ਤੁਸੀਂ ਵੇਖਿਆ ਕਿ ਕਿਸਾਨ ਤੁਹਾਡੇ ਕੋਲੋਂ ਠੀਕ ਹੈ ਵਿਸ਼ਵਾਸ ਕਰਕੇ ਚਲੇ ਗਏ ਉਦੋਂ ਤੇ ਤੁਸੀਂ ਜੋ ਮੰਗਾਣੇ ਨਿੱਕੀਆਂ ਨਿੱਕੀਆਂ ਮੰਗਾ ਉਹ ਵੀ ਨਹੀਂ ਮੰਨੀਆਂ ਇਸੀ ਮੀਟਿੰਗ ਦੇ ਵਿੱਚ ਇਹ ਵੀ ਗੱਲ ਹੋਈ ਵੀ ਕੇਂਦਰੀ ਮੰਤਰੀਆਂ ਨੇ ਕਿਹਾ ਵੀ ਤੁਸੀਂ ਤਾਂ ਵਿਆਹਾਂ ਤੇ ਖਰਚ ਕਰਦੇ ਹੋ ਤੁਹਾਡੇ ਤਾਂ ਵਿਆਹਾਂ ਦੇ ਇੰਨਾ ਖਰਚ ਹੁੰਦਾ ਤੇ ਇਸ ਕਰਕੇ ਤੁਸੀਂ ਕਰਜ਼ੇ ਦੇ ਨਾਲ ਦਬੇ ਹੋਏ ਹੋ ਇਹ ਅਸਲ ਗੱਲ ਤੇ ਆ ਗਈ ਤੁਸੀਂ ਇਹ ਅਸਲ ਗੱਲ ਮੈਂ ਪਹਿਲਾਂ ਗੱਲ ਕਰਕੇ ਹਟਿਆ ਇਹ ਇਹੀ ਰੌਲਾ ਸਾਡਾ ਇਹ ਪੰਜਾਬ ਦਾ ਇਸੇ ਕਰਕੇ ਮੋਗਲ ਨਾਲ ਰੌਲਾ ਸੀ ਇਸੇ ਕਰਕੇ ਅੰਗਰੇਜ਼ ਨਾਲ ਰੌਲਾ ਸੀ ਇਹੀ ਦਿੱਲੀ ਹੈ ਕਿ ਅਸੀਂ ਮਿਹਨਤ ਕਸ਼ ਲੋਕ ਆ ਅਸੀਂ ਕਿਰਤ ਕਰਨ ਵਾਲੇ ਲੋਕ ਆ ਅਸੀਂ ਵੰਡਸ਼ਕਣ ਵਾਲੇ ਲੋਕ ਆ ਸੋ ਅਸੀਂ ਕਿਰਤ ਕਰਦੇ ਆ ਮਿਹਨਤ ਕਰਦੇ ਆ ਆਪਦੀ ਦਸਾਂ ਨਹਾਂ ਦੀ ਤੇ ਇਹ ਸੰਸਦ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਆਪ ਜਿੰਨੇ ਮਰਜੀ ਹਵਾਈ ਜਾ ਜਾਂਚ ਘੁੰਮਣ ਇਹ ਮਹਿੰਗੀਆਂ ਗੱਡੀਆਂ ਵੰਗਲਿਆਂ ਦੇ ਵਿੱਚ ਰਹਿਣ ਤੇ ਪੰਜਾਬ ਦਾ ਜ਼ਿਮੀਦਾਰ ਜੇ ਆਪ ਦਾ ਰਹਿਣ ਦਾ ਗੁਜ਼ਾਰਾ ਕਰਦਾ ਉਹ ਦਿੱਲੀ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸਾਡੇ ਟਰੈਕਟਰਾਂ ਤੇ ਅੱਖ ਰੱਖੀ ਜਾ ਰਹੀਏ ਪੁੱਤ ਹੈ ਸਾਡਾ ਇਹ ਸਾਡਾ ਪੁੱਤ ਹੈ ਤੇ ਟਰੈਕਟਰ ਨੂੰ ਚਾਹੇ ਗੱਡਾ ਕਹਿ ਲੋ ਚਾਹੇ ਪੁੱਤ ਕਹਿ ਲੋ ਸਾਡੇ ਤੇ ਇਹੀ ਇਹੀ ਤੇ ਇਹੀ ਪ੍ਰੋਬਲਮ ਹੈ ਇਹੀ ਦੁੱਖ ਹੈ ਕਿ ਇੱਕ ਪਾਸੇ ਤੁਸੀਂ ਏਡੇ ਏਡੇ ਕਰਜ਼ੇ ਮਾਫ਼ ਕਰ ਰਹੇ ਹੋ ਕਿਤੇ ਕਿਸਾਨਾਂ ਤੇ ਛੋਟਾ ਮੋਟਾ ਕਰਜ਼ਾ ਚੜਿਆ ਤੁਸੀਂ ਕਹਿ ਰਹੇ ਹੋ ਆਪ ਖਰਚੇ ਕੀਤੇ ਆ ਇਪ ਇਹ ਤਾਂ ਫਿਰ ਜਮੀ ਮੈਂ ਸਮਝਦਾ ਦੇਸ਼ ਦੀ ਹਕੂਮਤ ਦੀ ਨਲੈਕੀ ਵਾਲੀ ਗੱਲ ਹੈ ਕਿ ਪੰਜਾਬ ਨਾਲ ਕਿਸ ਤਰ੍ਹਾਂ ਦਾ ਜੋ ਮਤਰੀਆ ਸਲੂ ਕਰ ਰਹੇ ਹੈ ਵਿਗਿਆਨਕੀ ਦਾ ਸੀ ਤੁਹਾਡੇ ਲੋਕਾਂ ਤੁਹਾਡੇ ਦੇਸ਼ ਦੇ ਲੋਕਾਂ ਜੇ ਸਾਡੀ ਚੰਗੀ ਰਹਿਣੀ ਬਹਿਣੀ ਖਾਣੀ ਪੀਣੀ ਸਾਨੂੰ ਗੁਰੂ ਨੇ ਸਿਖਾਇਆ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸੇ ਜੋ ਦੱਸੇ ਜੋਤਾਂ ਨੇ ਸਾਨੂੰ ਇਨਸਾਨ ਨੇ ਸਮਾਜ ਦੇ ਵਿੱਚ ਰਹਿਣਾ ਵਿਚਰਨਾ ਖਾਣਾ ਪੀਣਾ ਕਿਵੇਂ ਕੰਮ ਕਰਨਾ ਕਿਵੇਂ ਹੱਕਾਂ ਲਈ ਲੜਨਾ ਹੱਕ ਬਸ ਵੱਡੀ ਗੱਲ ਤੇ ਇਹੀ ਹੈ ਦਿੱਲੀ ਪੰਜਾਬ ਤੋਂ ਡਰੀ ਹੋਈ ਅੱਜ ਦੀ ਕੜੀ ਕਿਉਂ ਕਿਉਂਕਿ ਮਹਿਸੂਸ ਕਰਦੇ ਆ ਕਿ ਪੰਜਾਬ ਦੇ ਅਣਖੀ ਲੋਕ ਐ ਬਾਗੀ ਲੋਕ ਐ ਯੋਧੇ ਲੋਕ ਐ ਇਹਨਾਂ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਸੰਘਰਸ਼ ਕੀਤਾ ਤੇ ਅੱਜ ਜੋ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਆ ਬੇਵਫਾਈਆਂ ਕਰ ਰਹੇ ਆ 47 ਤੋਂ ਬਾਅਦ ਕੀਤੇ ਵਾਅਦਿਆਂ ਤੋਂ ਮੁੱਕਰ ਰਹੇ ਆ ਉਸੇ ਕਰਕੇ ਤਰ੍ਹਾਂ ਤਰ੍ਹਾਂ ਦੇ ਸਾਡੇ ਤੇ ਅਲੀਗੇਸ਼ਨ ਲਾ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਅਗਲਾ ਸਵਾਲ ਮੇਰਾ ਇਹਨੂੰ ਤੁਸੀਂ ਕਿਉਂਕਿ ਤੁਸੀਂ ਐਸਜੀਪੀਸੀ ਦੇ ਐਗਜ਼ੈਕਟਿਵ ਮੈਂਬਰ ਹੋ ਤਾਂ ਉਹਨੂੰ ਪਾਸੇ ਰੱਖਿਓ ਤੁਸੀਂ ਇੰਡੀਵਿਜੂਅਲ ਤੌਰ ਤੇ ਇਹਦਾ ਜਵਾਬ ਦਿਓ ਵੀ ਪੰਜਾਬ ਆਪ ਦੇ ਵਿੱਚ ਵੀ ਨੈਟ ਬੰਦ ਹੈ ਪੰਜਾਬ ਦੇ ਵਿੱਚ ਵੀ ਕਹਿ ਸਕਦੇ ਆ ਕਿ ਇਹ ਮਸਲਾ ਉੱਠਦਾ ਰਿਹਾ ਵੀ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਸਾਡੇ ਤੇ ਹਮਲਾ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਨੂੰ ਪੰਜਾਬ ਦਾ ਨੌਜਵਾਨ ਜਿਹੜਾ ਉਹ ਕਿਵੇਂ ਦੇਖਦਾ ਕਿਉਂਕਿ ਉਹ ਮੀਟਿੰਗਾਂ ਦੇ ਵਿੱਚ ਵੀ ਜਾ ਰਹੇ ਨੇ ਉਹ ਕਹਿ ਰਹੇ ਨੇ ਕਿ ਮੈਂ ਵਿੱਚ ਵਿਚ ਰੋਲਗੀ ਕਰ ਰਹੇ ਆ ਮ ਕੇਂਦਰ ਦੀ ਗੱਲ ਕਿਸਾਨਾਂ ਤੱਕ ਕਿਸਾਨਾਂ ਦੀ ਗੱਲ ਕੇਂਦਰ ਤੱਕ ਪਹੁੰਚਾ ਰਹੇ ਆ ਤਾਂ ਜੋ ਮਸਲਾ ਗੱਲਬਾਤ ਦੇ ਨਾਲ ਹੱਲ ਹੋ ਜਵੇ ਕੋਈ ਵੀ ਵੱਡਾ ਇਨਸੀਡੈਂਟ ਜਿਹੜਾ ਨਾ ਹੋਵੇ ਕਿਸੇ ਕਿਸਾਨ ਨੂੰ ਕੋਈ ਵੀ ਛੱਟ ਮੇੜ ਨਾ ਲੱਗੇ ਜਾਂ ਫਿਰ ਇਹ ਵੀ ਨਾ ਹੋਵੇ ਕਿ ਕੋਈ ਜਾਨ ਮਾਲ ਦਾ ਨੁਕਸਾਨ ਹੋਵੇ ਇਹ ਪੰਜਾਬ ਦੇ ਨੌਜਵਾਨਾਂ ਦੀ ਇੱਕ ਬਲਖੰਨਤਾ ਕਿ ਬੜੇ ਸੁਲਝੇ ਹੋਇਆ ਕੋਈ ਸਮਾਂ ਹੁੰਦਾ ਸੀ ਕਿ ਸਾਡੇ ਬਜ਼ੁਰਗਾਂ ਨੂੰ ਲੀਡਰ ਜੁਮਲੇ ਦੇ ਕੇ ਝੂਠ ਮਾਰ ਕੇ ਜਾਂ ਤੁਹਾਡੇ ਕੋਲੇ ਗੱਲ ਹੋਰ ਕਰਨੀ ਇੱਧਰ ਗੱਲ ਹੋਰ ਕਰਨੀ ਪ੍ਰਸ਼ਾਸਨ ਕੋਲੇ ਗੱਲ ਹੋਰ ਕਰਨੀ ਲੋਕਾਂ ਕੋਲੇ ਗੱਲ ਹੋਰ ਕਰਨੀ ਦਿੱਲੀ ਗੱਲ ਕਸੂਰ ਕਰਨੀ ਪੰਜਾਬ ਗੱਲ ਹੋਰ ਕਰਨੀ ਪਹਿਲਾਂ ਚੱਲ ਜਾਂਦੀਆਂ ਸੀ ਪਰ ਅੱਜ ਬੜੇ ਸੂਝਵਾਨ ਹੈ ਮੈਂ 4 ਦਿਨਾਂ ਤੋਂ ਇੱਥੇ ਵੇਖ ਰਿਹਾ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਹਰ ਇੱਕ ਬੰਦੇ ਕਹਿ ਰਿਹਾ ਕਿ ਇਹ ਪੰਜਾਬ ਨਾਲ ਧੋਖਾ ਕਰ ਰਿਹਾ ਭਵੰਤਮਾਨ ਉੱਤੋਂ ਉੱਤੋਂ ਪੰਜਾਬੀ ਹੋਣ ਦਾ ਇਹ ਅਹਿਸਾਸ ਦਿਖਾ ਰਿਹਾ ਕਿ ਮੈਂ ਪੰਜਾਬੀ ਆ ਪਰ ਵਿੱਚੋ ਇਹ ਸੈਂਟਰ ਨਾਲ ਮਿਲਿਆ ਹੋਇਆ ਕਿਉਂ ਕਿ ਨਿੱਕੀ ਨਿੱਕੀ ਗੱਲ ਤੇ ਸੁਪਰੀਮ ਕੋਰਟ ਹਾਈ ਕੋਰਟ ਜਾਣ ਵਾਲਾ ਭਵੰਤਮਾਨ ਜਿਹੜਾ ਕਹਿੰਦਾ ਸੀ ਜੀ ਮੈਂ ਦਿੱਲੀ ਨਾਲ ਜਾਂ ਮੋਦੀ ਮੂਰੇ ਸੀ ਝੁਕਦੇ ਨਹੀਂ ਅਰਵਿੰਦਰ ਕੇਜਰੀ ਵਾਲ ਤੇ ਮੈਂ ਪਰ ਇਹਨਾਂ ਨੇ ਪਹਿਲਾਂ ਬੜਾ 네ਗਟਿਵ ਰੋਲ ਦਿਖਾਇਆ ਲੀਡਰਾਂ ਦਾ ਕੀ ਸੀ ਤੇ ਹੁਣ ਉਹ ਰੋਲ ਤੇ ਅਮਲ ਆਪ ਹੀ ਕਰ ਰਹੇ ਆ 네ਗਟਿਵ ਜੋ 네ਗਟਿਵਿਟੀ ਲੀਡਰ ਦੀ ਇੱਕ ਲੀਡਰ ਦਾ ਕਰਦਾਰ ਤੇ ਕੈਰੇਕਟਰ ਪੇਸ਼ ਕਰ ਰਿਹਾ ਕਿਉਂਕਿ ਨੈਟ ਬੰਦ ਹੈ ਉਹ ਤੇ ਕੋਈ ਸੁਪਰੀਮ ਕੋਰਟ ਹਾਈ ਕੋਰਟ ਨਹੀਂ ਗਏ ਕੋਈ ਰੌਲਾ ਨਹੀਂ ਪਾਇਆ ਤੇ ਉਸ ਤੋਂ ਬਾਅਦ ਗੋਲੀਆਂ ਵੱਜੀਆਂ ਸਾਡੇ ਨੌਜਵਾਨਾਂ ਤੇ ਕਿਸੇ ਵਾਰੇ ਕੋਈ ਮੁਆਵਜ਼ੇ ਦੀ ਗੱਲ ਨਹੀਂ ਕੀਤੀ ਨੌਕਰੀ ਦੀ ਗੱਲ ਨਹੀਂ ਕੀਤੀ ਸ਼ਹੀਦ ਹੋ ਗਏ ਸਾਡੇ ਕਿਸਾਨ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ ਵੱਡੀ ਗੱਲ ਕਿ ਇਹ ਪਹਿਲਾਂ ਤਾਂ ਇਹਨਾਂ ਦੀ ਇੱਕ ਮੰਤਰੀ ਹੈ ਉਹਨੂੰ ਤਾਂ ਇਹਨਾਂ ਨੇ ਇਹ ਗੱਲ ਹਾਲਾਂਕਿ ਬਣਾਈ ਕਾਇਮਤ ਮੰਤਰੀ ਬੈਠੇ ਅੱਜ ਤੇ ਸਾਰੇ ਬੁਲਾਰੇ ਲਈ ਪਤਾ ਕੀ ਕਹਿ ਰਹੇ ਆਮ ਆਦਮੀ ਦੇ ਅਕੇ ਉਹ ਅਣਪੋੜ ਸੀ ਉਹਨੂੰ ਪਤਾ ਨਹੀਂ ਸੀ ਅਣਜਾਣ ਸੀ ਬਹਿਣ ਦਿੱਤਾ ਭਾਈ ਜੇ ਇੰਨੀ ਅਣਜਾਣ ਸੀ ਫਿਰ ਉਹ ਮੰਤਰੀ ਕਿਉਂ ਬਣਾਇਆ ਹੋਇਆ ਤਿਆਰਬੇਕਾਰ ਨੂੰ ਬਣਾਓ ਇਹ ਦੇਖੋ ਇੱਕ ਦੂਜੀ ਗੱਲ ਚਲੋ ਉਹਨੂੰ ਪਰਾ ਕਰ ਲਓ ਮੁੱਖ ਮੰਤਰੀ ਆਪ ਕਹਿੰਦਾ ਸੀ ਜਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀਗਾ ਤੇ ਜਦੋਂ ਮੁੱਖ ਮੰਤਰੀ ਹੋਣ ਵਾਸਤੇ ਤਰਲੋ ਮੱਸੀ ਹੋ ਰਿਹਾ ਸੀ ਅਕੇ ਪੰਜਾਬ ਸਰਕਾਰ ਸਪੈਸ਼ਲ ਇਜਲਾਸ ਬੁਲਾਵੇ ਤੇ ਐਮਐਸਪੀ ਗਰੰਟੀ ਜਾਂ ਹੋਰ ਕਾਨੂੰਨ ਤੇ ਵਿਧਾਨ ਸਭਾ ਦੇ ਵਿੱਚ ਪਾਸ ਕਰੇ ਤੇ ਅੱਜ ਇਹਦੇ ਕੋਲੇ 92 ਨੇ ਅੱਜ ਕਿਉਂ ਨਹੀਂ ਕਰਦਾ ਮੈਂ ਤਾਂ ਕਿਸਾਨ ਲੀਡਰਾਂ ਨੂੰ ਵੀ ਬੇਨਤੀ ਕਰਦਾ ਵੀ ਤੁਹਾਡੇ ਨਾਲ ਬੈਠਾ ਹੁੰਦਾ ਇਹ ਤਾਂ ਜ਼ਰੂਰ ਕਰੋ ਤੇ ਬੜਾ ਇੱਕ ਇੱਕਲ ਹੋਰ ਕਹੀ ਜਾਂਦਾ ਇਹ ਵੇਖੋ ਕਹਿੰਦਾ ਜੀ ਮੈਂ ਤਾਂ ਸੈਂਟਰ ਦੇ ਤਿੰਨ ਵਜ਼ੀਰ ਬਿਠਾਤੇ ਉਹ ਭਗਵਾਨ ਤਮਾਨ ਸਿਆ ਤੂੰ ਨਹੀਂ ਬਿਠਾਏ ਆ ਅਸੀਂ ਜੰਗ ਦੇ ਮੈਦਾਨ 'ਚ ਤਾਕੜੇ ਆ ਇੱਥੇ ਪੰਜਾਬ ਦੇ ਲੋਕ ਜੰਗ ਦੇ ਮੈਦਾਨ 'ਚ ਜਚੇ ਬੈਠੇ ਆ ਗੋਲੀਆਂ ਖਾਣ ਨੂੰ ਸਾਹ ਤਾਂ ਦੇ ਨੂੰ ਤਿਆਰ ਬੈਠੇ ਆ ਤਾਂ ਦਿੱਲੀ ਦੇ ਮੰਤਰੀ ਆਏ ਆ ਤੇਰੇ ਕਹਿੰਦੇ ਨਹੀਂ ਆਏ ਇਹ ਇਹ ਤਾਂ ਆ ਕਿਸਾਨ ਨਹੀਂ ਯੋਧਿਆ ਕਰਕੇ ਆਏ ਲੋਕਾਂ ਕਰਕੇ ਆਏ ਆ ਇਹ ਲੋਕਾਂ ਦਾ ਗੁੱਸਾ ਤੇ ਰੋਹ ਵੇਕੇ ਆਏ ਆ ਇਸ ਕਰਕੇ ਡਬਲ ਸਟੈਂਡ ਹੈ ਕਲੀਅਰ ਹੈ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਵੀ ਦੀਪ ਸਿੱਧੂ ਨੇ ਕਿਹਾ ਸੀ ਕੋਈ ਉਹ ਅੰਤਰਜਾਮੀ ਨਹੀਂ ਸੀ ਪਰ ਉਹ ਇਤਿਹਾਸ ਪੜ੍ਹ ਕੇ ਉਹਨੇ ਗੱਲਾਂ ਕੀਤੀਆਂ ਸੀ ਕਿ ਜੇ ਇਹ ਆ ਗਏ ਤੁਹਾਡੇ ਤੇ ਜੁਏਪੀਏ ਐਨਐਸਏ ਲੱਗਣਗੇ ਤੇ ਉਹ ਲੱਗੇ ਆ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੇ ਕਹਿੰਦੇ ਦਿ ਲਾਇਆ ਹੋਰ ਕੀ ਦੇ ਕਹਿਣ ਤੇ ਲਾਇਆ ਭਗਵੰਤ ਮਾਨ ਨੇ ਕਿਵੇਂ ਡਿਬਰੂਗੜ੍ਹ ਜ਼ਿਲ੍ਹਾ ਦੇ ਵਿੱਚ ਸਾਡੇ ਨੌਜਵਾਨ ਸਿੱਟੇ ਆ ਅੱਜ ਅੰਮ੍ਰਿਤਸਰ ਦਾ ਡੀਸੀ ਅੱਜ ਲਿਆ ਸਕਦਾ ਉਹ ਨੌਜਵਾਨਾਂ ਨੂੰ ਜਿਹੜੇ ਭੁੱਖ ਹੜਤਾਲ ਤੇ ਅੱਜ ਬੈਠੇ ਨੇ ਡਿਬਰੂਗੜ੍ਹ ਦੀ ਜਿਹੜੇ ਦੇ ਵਿੱਚ ਅੰਮ੍ਰਿਤਸਰ ਦਾ ਡੀਸੀ ਭਗਵੰਤ ਮਾਨ ਤੇ ਕਹਿਣ ਤੇ ਅੱਜ ਲਿਆ ਸਕਦਾ ਪਰ ਇਸ ਕਰਕੇ ਇਹ ਸਭ ਦਿੱਲੀ ਦੇ ਆ ਕੌਮ ਦਾ ਕੋਈ ਨਹੀਂ ਸਭ ਦਿੱਲੀ ਦੇ ਭਵੰਤਮਾਨ ਦਿੱਲੀ ਦਾ ਬਲਾਰਾ ਬਣਿਆ ਹੋਇਆਗਾ ਸਿਰਫ ਜਾਣ ਬੁੱਝ ਕੇ ਇੱਕ ਆਪਦੇ ਆਪ ਨੂੰ ਸ਼ੇਰਾ ਲੈਣਾ ਚਾਹੁੰਦਾ ਪਰ ਲੋਕ ਬੁੱਝੀ ਬੈਠੇ ਆ ਲੋਕਾਂ ਦੇ ਮਨਾਂ 'ਚ ਬਹੁਤ ਗੁੱਸਾ ਉਹ ਇਹ ਕਹਿੰਦੇ ਆ ਕਿ ਅੱਜ ਸਾਡੀ ਵੱਡੀ ਲੜਾਈ ਹੈ ਦਿੱਲੀ ਨਾਲ ਇਹਨੂੰ ਬਾਅਦ 'ਚ ਵੇਖਾਂਗੇ ਕੱਲੂ ਜਾਣਾ ਹੈ 21 ਫਰਵਰੀ ਨੂੰ ਕੂਚ ਕਰਨਾ ਜਾਬਤੇ 'ਚ ਰਹਿਣਗੇ ਨੌਜਵਾਨ ਸੂਝਬੂਝ ਦੇ ਨਾਲ ਅੱਗੇ ਵਧਣਗੇ ਆਗੂਆਂ ਦੀ ਗੱਲ ਸੁਣਨਗੇ ਇਹੀ 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 ਕਾਮਨਾ ਕਰਦੇ ਆ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਜਾਣਾ ਦਿੱਲੀ ਕੂਚ ਕਰਨਾ ਆਗੂਆਂ ਦੀ ਅਗਵਾਈ ਦੇ ਵਿੱਚ ਚੱਲਣਾ ਕਿਉਂਕਿ ਜੋ ਜਾਵਤਿਆਂ ਦੇ ਵਿੱਚ ਸੰਘਰਸ਼ ਲੜਿਆ ਜਾਵੇ ਉਹਨੂੰ ਹੀ ਸਫਲਤਾ ਮਿਲਦੀ ਹੈ ਆਪਾਂ ਬਹੁਤ ਦਿੱਲੀ ਹਕੂਮਤ ਨੂੰ ਨੰਗਾ ਕਰਤਾ ਕਿ ਕਿਸ ਤਰ੍ਹਾਂ ਪੰਜਾਬ ਨਾਲ ਸੇਕਾਉਮ ਨਾਲ ਮਤਰੀ ਮਾਂ ਵਾਲਾ ਇਹ سلوਕ ਕਰਦੇ ਆ ਇਹ ਸਾਨੂੰ ਹਰਿਆਣੇ ਚ ਨਹੀਂ ਵੜਨ ਦਿੰਦੇ ਸਾਨੂੰ ਰਾਜਸਤਾਨੀ ਚ ਨਹੀਂ ਵੜਨ ਦਿੰਦੇ ਕੀ ਅਸੀਂ ਬਗਾਨੇ ਲੋਕ ਆ ਅਸੀਂ ਇਸ ਦੇਸ਼ ਦੇ ਵਸਨੀਕ ਆ ਤੇ ਖਾਸ ਕਰ ਤੁਸੀਂ ਇਹ ਤਾਂ ਪਰਖੋ ਵੀ ਅਕਾਲ ਤੱਕ ਸਭ ਤੋਂ ਅਰਦਾਸ ਕਰਕੇ ਚੱਲਿਆ ਹੋਇਆ ਸੰਘਰਸ਼ ਹੈ ਅਕਾਲ ਤੱਕ ਸਭ ਦੀ ਮਾਨਤਾ ਨੂੰ ਵੀ ਦਿੱਲੀ ਸਮਝੇ ਪਤਾ ਨੂੰ ਤੇ ਵੱਡੀ ਗੱਲ ਅਰਦਾਸ ਦੀ ਮਹਾਨਤਾ ਸਮਝੇ ਅਰਦਾਸ ਕਰਕੇ ਚੱਲਿਆ ਸਿੱਖ ਜਦੋਂ ਅਰਦਾਸ ਕਰਕੇ ਚੱਲ ਪੇ ਮੈਂ ਸਮਝਦਾ ਉਹ ਸਾਹادت ਦੇ ਦਿੰਦਾ ਹੁੰਦਾ ਪਿੱਛੇ ਨਹੀਂ ਹਟਦਾ ਤੁਸੀਂ ਵੇਖਦੇ ਹੋ ਕਿ ਇੱਕ ਪਾਸੇ ਰਹਿਰਾ ਸਾਹਿਬ ਦੇ ਪਾਠ ਹੁੰਦੇ ਆ ਦੂਜੇ ਪਾਸੇ ਉਹ ਦਿੱਲੀ ਤੇ ਖੱਟਰ ਹਰਿਆਣਾ ਗਵਰਨਮੈਂਟ ਗੋਲੀਆਂ ਚਲਾ ਰਹੀ ਹੁੰਦੀ ਐ ਤੇ ਇੱਕ ਪਾਸੇ ਗੁਰੂ ਦੇ ਸਤਨਾਮ ਵੈਗੁਰੂ ਦੇ ਲੰਗਰ ਲੰਗਰ ਚੱਲਦੇ ਐ ਬੋਲੇ ਸੋ ਨਿਹਾਲ ਦੇ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਦੇ ਜਕਾਰੇ ਤੇ ਸਰਵਤ ਦੇ ਭਲੇ ਦੀ ਮਾਨਵਤਾ ਦੇ ਭਲੇ ਦੀ ਵੀ ਅਰਦਾਸ ਹੁੰਦੀ ਐ ਰੋਜ਼ ਇੱਥੇ ਇਹ ਦਿੱਲੀ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਲੋਕ ਤਿਆਰ ਨੇ ਇਹ ਵਾਰਸ ਨੇ ਚਮਕੌਰ ਦੀ ਗੜੀ ਦੇ ਕੱਲ ਨੂੰ ਹੋ ਸਕਦਾ ਸੀ ਨਹੀਂ ਚਾਹੁੰਦੇ ਕੀ ਚਮਕੌਰ ਦੀ ਗੜੀ ਬਣੀ ਜੰਗ ਦਾ ਮੈਦਾਨ ਬਣੀ ਅਸੀਂ ਨਹੀਂ ਚਾਹੁੰਦੇ ਸਾਡੇ ਨੌਜਵਾਨ ਐਨੇ ਫਾਲਤੂ ਨਹੀਂ ਹੈਗੇ ਸਾਡੇ ਵਾਸਤੇ ਬਹੁਤ ਕੀਮਤੀ ਹੈ ਸਾਡੇ ਬਜ਼ੁਰਗ ਵੀ ਬੱਚੇ ਵੀ ਨੌਜਵਾਨ ਵੀ ਪਰ ਦਿੱਲੀ ਸਮਝੇ ਸਾਡਾ ਇਤਿਹਾਸ ਵੇਖੇ ਕਿ ਕਿਸ ਤਰ੍ਹਾਂ ਅਸੀਂ ਜਦੋਂ ਇਤਿਹਾਸ ਤੋਂ ਸੇਧ ਲੈ ਕੇ ਚੱਲਦੇ ਹਾਂ ਸਾਡਾ ਕਿਉਂਕਿ ਦਿੱਲੀ ਡਰਦੀ ਹੈ ਇਸ ਕਰਕੇ ਹੈ ਸਾਡੇ ਧਰਮ ਦੀ ਇੱਕ ਬਲਖਣਤਾ ਸਾਡਾ ਸਿਧਾਂਤ ਵਾਲਾ ਵੱਡਾ ਸਵਾਤਰਾ ਸਾਹਿਬ ਰੀਤੇ ਗੰਢ ਕਿ ਸਿੱਖ ਕੌਮ ਦਾ ਸਿਧਾਂਤ ਵਾਲਾ ਵੱਡਾ ਸਿਧਾਂਤ ਵੱਡਾ ਕਰਕੇ ਦਿੱਲੀ ਸਾਥੋਂ ਡਰੀ ਹੋਈ ਹੈ ਪਰ ਅਸੀਂ ਦਿੱਲੀ ਨੂੰ ਕਹਿਣਾ ਚਾਹੁੰਦੇ ਹਾਂ ਡਰ ਨਾ ਸਾਡੇ ਨਾਲ ਗੱਲ ਕਰ ਸ਼ੁਕਰੀਆ ਗੁਰਪ੍ਰੀਤ ਜੀ ਗੱਲਬਾਤ ਤੁਸੀਂ ਕੀਤੀ ਹੈ ਤਾਂ ਇਹ ਪੰਜਾਬ ਦੇ ਨੌਜਵਾਨਾਂ ਦਾ ਜਜ਼ਬਾ ਹੈ ਕਿ ਅਸੀਂ ਦਿੱਲੀ ਕੁਝ ਕਰਨਾ ਹੈ ਜਾਬਥੇਚ ਰਹਿ ਕੇ ਕਰਨਾ ਪਰ ਨਾਲ ਦੀ ਨਾਲ ਇਹ ਵੀ ਚੇਤਾਵਨੀ ਹੈ ਕਿ ਅਸੀਂ ਆਪਣੇ ਹੱਕ ਲੈ ਕੇ ਰਵਾਂਗੇ ਕਿਉਂਕਿ ਅਸੀਂ ਆਪਣੀ ਕਿਸਾਨੀ ਨੂੰ ਬਚਾਉਣ ਦੇ ਲਈ ਇਹ ਪ੍ਰੋਟੈਸਟ ਕਰ ਰਹੇ ਹਾਂ ਇਹ ਪੰਜਾਬ ਦੇ ਨੌਜਵਾਨ ਸੋਚਦੇ ਨੇ ਸਰਕਾਰਾਂ ਤੋਂ ਸਵਾਲ ਨੇ ਇਹਨਾਂ ਦੇ ਮਨਾਂ ਅੰਦਰ ਪਰ ਕੱਲ 21 ਫਰਵਰੀ ਦਾ ਦਿਨ ਜਿਹੜਾ ਉਹ ਤੈਅ ਕਰੇਗਾ ਕਿ ਜਵਾਬ ਬ ਨੌਜਵਾਨਾਂ ਨੂੰ ਮਿਲਣਗੇ ਜਾਂ ਫਿਰ ਜਿਵੇਂ ਪਹਿਲਾਂ 13 ਫਰਵਰੀ ਨੂੰ ਗੋਲੀਆਂ ਮਿਲੀਆਂ ਨੇ ਗੋਲੇ ਮਿਲੇ ਨੇ ਉਹੀ ਮਿਲੇਗਾ ਵੀਡੀਓ ਜਰਨਲਿਸਟ ਜਸਪ੍ਰੀਤ ਸਿੰਘ ਦੇ ਨਾਲ ਮੈਂ ਨਵਜੋਥ ਕੋਰ ਸ਼ੰਭੂ ਬਾਰਡਰ